ਦੱਸੀ ਜੀ ਅੱਜ ਜਿਹੜੀਆਂ ਪਿਛਲੇ ਦਿਨੀ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਜਿਹੜੀਆਂ ਪਬਲਿਕ ਮਾਈਨਿੰਗ ਸਾਈਟਸ ਦਾ ਉਦਘਾਟਨ ਕੀਤਾ ਸੀ ਲੁਧਿਆਣਾ ਵਿਖੇ ਉਹਨਾਂ ਸਾਈਟਾਂ ਵਿੱਚੋਂ ਇੱਕ ਜਿਹੜੀ ਨਵਾਂਸ਼ਹਿਰ ਵਿਖੇ ਸਾਈਟ ਚੱਲ ਰਹੀ ਹੈ ਉਹਦਾ ਜਾਇਜ਼ਾ ਲੈਣ ਲਈ ਅੱਜ ਮੈਂ ਸਾਡੀ ਮਾਈਨਿੰਗ ਜਿਹੜੇ ਅਫਸਰ ਨੇ ਉਹਨਾਂ ਦੇ ਨਾਲ ਅੱਜ ਅਸੀਂ ਇੱਥੇ ਆਏ ਸੀਗੇ ਅਤੇ ਇੱਥੇ ਆ ਕੇ ਕਿਉਂਕਿ ਪ੍ਰੈਕਟੀਕਲੀ ਜਿੰਨਾ ਟਾਈਮ ਤੁਸੀਂ ਆਪ ਆ ਕੇ ਜਿਹੜੇ ਉੱਥੇ ਮਜ਼ਦੂਰ ਲੱਗੇ ਹੋਏ ਆ ਜਾਂ ਜਿਹੜੇ ਉੱਥੇ ਕਿਸਾਨਾਂ ਦੇ ਖੇਤ ਨੇ ਜਾਂ ਜਿਹੜੇ ਉੱਥੋਂ ਲੋਕ ਨੇੜੇ ਤੇੜਲੇ ਪਿੰਡਾਂ ਵਾਲੇ ਰੇਤਾ ਲਿਜਾ ਰਹੇ ਆ ਉਹਨਾਂ ਨਾਲ ਆਪ ਆ ਕੇ ਗੱਲਬਾਤ ਨਹੀਂ ਕਰਦੇ ਉਹਨਾਂ ਨੂੰ ਕੋਈ ਮੁਸ਼ਕਲ ਤਾਂ ਨਹੀਂ ਆ ਰਹੀ ਆਪ ਆ ਕੇ ਜਾਇਜ਼ਾ ਨਹੀਂ ਲੈਂਦੇ ਉਹਨਾਂ ਟਾਈਮ ਮੈਨੂੰ ਲੱਗਦਾ ਵੀ ਸਹੀ ਤੁਹਾਨੂੰ ਫੀਡਬੈਕ ਜਿਹੜੀ ਆ ਉਹ ਮਿਲ ਨਹੀਂ ਸਕਦੀ ਸੋ ਅੱਜ ਅਸੀਂ ਇੱਥੇ ਆ ਕੇ ਫੀਡਬੈਕ ਲਈ ਹੈ ਅਤੇ ਹੋਰ ਵੀ ਜਿਹੜੀਆਂ ਨਵੀਆਂ ਸਾਈਟਸ ਸ਼ੁਰੂ ਕਰਨੀਆਂ ਉਹਨਾਂ ਬਾਰੇ ਵੀ ਅਸੀਂ ਜਿਹੜੀ ਰਿਪੋਰਟ ਜਿਹੜੀ ਆ ਉਹ ਲਈ ਹੈ ਕਿਉਂਕਿ 16 ਸਾਈਟ ਦੀ ਸ਼ੁਰੂਆਤ ਉਸ ਦਿਨ ਕੀਤੀ ਸੀ ਅਤੇ ਇਸ ਮਹੀਨੇ ਸਾਡਾ ਟਾਰਗੇਟ ਹੈ ਕਿ 50 ਜਿਹੜੀਆਂ ਪਬਲਿਕ ਮਾਈਨਿੰਗ ਸਾਈਟਸ ਨੇ ਪੂਰੇ ਪੰਜਾਬ ਦੇ ਵਿੱਚ ਜਿਹੜੀਆਂ ਸ਼ੁਰੂ ਕੀਤੀਆਂ ਜਾ ਸਕਣ ਉਸ ਦਿਨ 7 ਜ਼ਿਲ੍ਹਿਆਂ 16 ਹੋਈਆਂ ਸੀ ਅਤੇ ਹੁਣ 14 ਜ਼ਿਲ੍ਹਿਆਂ 'ਚ 50 ਹੋ ਜਾਣਗੀਆਂ ਅਤੇ ਸਾਡਾ ਆਉਣ ਵਾਲੇ ਸਮੇਂ ਟਾਰਗੇਟ ਹੈ ਕਿ ਜਿਹੜੀ ਇਹ ਗਿਣਤੀ ਹੈ ਇਹ 150 ਤੋਂ ਉੱਪਰ ਲੈ ਕੇ ਜਾਈਏ ਤਾਂ ਕਿ ਪੰਜਾਬ ਦੇ ਕਿਸੇ ਵੀ ਖੇਤਰ 'ਚ ਕੋਈ ਵਿਅਕਤੀ ਬੈਠਾ ਹਰ ਇੱਕ ਨੂੰ ਜਿਹੜੀ ਕੋਈ ਸਾਈਟ ਹੈ ਅਪਰੋਚੇਬਲ ਹੋਵੇ ਨੇੜੇ ਹੋਵੇ ਅਤੇ ਉੱਥੋਂ 5.5 ਰੁਪਏ ਨੂੰ ਜਾ ਕੇ ਜਿਹੜਾ ਰੇਤਾ ਉਹ ਲਿਆ ਸਕੇ ਅਤੇ ਅਸੀਂ ਆਉਣ ਵਾਲੇ ਸਮੇਂ 'ਚ ਇਹ ਲਗਾਤਾਰ ਕੋਸ਼ਿਸ਼ ਕਰਦੇ ਰਹਾਂਗੇ ਕਿਉਂਕਿ ਜੋ ਮੁੱਖ ਮੰਤਰੀ ਸਾਹਿਬ ਨੇ ਵਾਅਦਾ ਕੀਤਾ ਸੀ ਕਿ ਲੋਕਾਂ ਨੂੰ ਸਸਤਾ ਰੇਤਾ ਜਿਹੜਾ ਮੁਹੱਈਆ ਕਰਵਾਉਣਾ ਉਹਦੇ 'ਤੇ ਸਾਡੀ ਸਰਕਾਰ ਕੰਮ ਕਰ ਰਹੀ ਹੈ ਅਤੇ ਆਉਣ ਵਾਲੇ ਸਮੇਂ 'ਚ ਵੀ ਜਿਹੜਾ ਕੰਮ ਕਰਦੀ ਰਹੂ ਕੋਈ ਵੀ ਮੈਂ ਤਾਂ ਐਕਸਪੀਰੀਅੰਸ ਦੱਸ ਰਿਹਾ ਸੀਗਾ ਕਿ ਇਹ ਜਿਹਦੇ ਨਾਕਾ ਇੰਚਾਰਜ ਨੇ ਨਾ ਨਾਕੇ 'ਤੇ ਬੈਠੇ ਪੁਲਿਸ ਮੁਲਾਜ਼ਮ ਉਹਨਾਂ ਨੂੰ ਇਹ ਪਤਾ ਲੱਗ ਜਾਏਗਾ ਸਾਡੇ ਕੋਲ ਮੋਬਾਈਲ ਹੈ ਮੋਬਾਈਲ ਹੈ ਅਤੇ ਇਹ ਕਿਊ ਆਰ ਕੋਡ ਨੂੰ ਪਰਚੀ ਫੋਟੋ ਖਿੱਚੀ ਅਤੇ ਮੋਬਾਈਲ ਦੇ ਨਾਲ ਆ ਜਾਣੀ ਹੈ ਇਹ ਸਰ ਤੁਸੀਂ ਦੇਖੋ ਉੱਪਰ ਨੰਬਰ ਆ ਗਿਆ ਮਤਲਬ ਕਿ ਕੱਲ੍ਹ 24 ਘੰਟੇ ਦਾ ਪਰਮਿਸ਼ਨ ਹਾਂ ਇਹਨੇ 24 ਘੰਟੇ ਦਾ ਆਸਾ ਦੇਖੋ ਇਹਦੀ ਵੈਲਿਡਿਟੀ ਕੀ ਹੈ 8/2/23 ਇਹ ਪਹਿਲਾਂ ਆਉਂਦਾ ਹੁੰਦਾ ਹੈ ਅਮਰੀਕਨ 1 ਵਜੇ ਤੱਕ ਇਹ 2 ਵਜੇ ਇਲੀਗਲ ਬਣ ਜਾਏਗੀ ਸਰ ਉਹ 10 ਦਿਨ ਦੇ ਆਰਾ ਵੀ ਅਸੀਂ ਇੱਥੇ ਤੱਕ ਜਾਣਾ ਜੀ ਮਤਲਬ ਨਹੀਂ ਸਮਝੇ ਸਰ ਕਿ ਮੈਂ ਸਮਝ ਗਿਆ ਪਰ ਇਹ ਟਾਈਮ ਨੂੰ ਥੋੜਾ ਬਤਾਓ ਨਹੀਂ ਸਰ ਜਿਹੜੇ ਜਿੰਨੇ ਬੰਦੇ ਨੇੜੇ ਜਾਣਾ ਸਰ ਉਹ 10 ਦਿਨ ਦੇ ਆਰਾ ਵੀ ਅਸੀਂ ਇੰਨੀ ਦੂਰ ਤੱਕ ਜਾਵਾਂਗੇ ਤੋ ਇੰਨੀ ਦੂਰ ਤੱਕ ਪਰ ਉਸ ਤੋਂ ਨਾਲ ਹੈ ਸਰ ਦੂਰੀ ਨਾਲ ਡਿਸਟੈਂਸ ਕੇ ਸਾਹ ਪਰ ਇੱਕ 25 ਕਿਲੋਮੀਟਰ ਤੇ ਜਿਵੇਂ 40 ਮਿੰਟ ਦੇ ਰਹੇ ਇਦਾਂ ਦੀ ਉਹ ਕਹਿ ਰਹੇ ਸੀ ਜਿਵੇਂ ਮੰਨ ਲਓ ਕਿਸੇ ਨੇ ਬੰਦ ਲੈ ਕੇ ਉਹ ਫਿਰ ਟਾਈਮ ਵਜੇ ਦਾ ਸੌ ਲੈ ਵੀ ਮੰਨ ਲਓ ਇਹ ਉਹ ਡਿਸਟੈਂਸ ਆਪਣਾ ਸ਼ਾਮ ਨੂੰ 7 ਵਜੇ ਹੈ ਉੱਤਰ ਜਾਂ 5 ਵਜੇ ਤੱਕ ਆਪਣਾ 5 ਵਜੇ ਹਾਂਜੀ ਹਾਂਜੀ 5 ਵਜੇ ਆ ਜੇ ਮੰਨ ਲਓ 4:30 ਵਜੇ ਘਰੀ ਆ ਉਹਨੇ ਹਾਂਜੀ ਹਾਂਜੀ ਤੇ ਉਹਨੇ ਲੈ ਕੇ ਵੀ ਦੂਰ ਜਾਣਾ ਉਹ ਕਹੀ ਵਾਦਾ ਵਾਦਾ ਦੇਖੀ ਅਗਲੇ ਨੂੰ ਇਹ ਹੁੰਦਾ ਵੀ ਚੱਲ ਮੈਂ ਕੱਲ ਨੂੰ ਲੈ ਜਾਊਂਗਾ ਓਕੇ ਉਹ ਉੱਥੇ ਆ ਜੀ ਐਸ ਦੇਖੋ ਕੀ ਹੈ ਕੀ ਹੈ ਡਿਸਟੈਂਸ ਹੈ ਇਹ ਆਪਣਾ ਪ੍ਰਪੋਜ਼ਡ ਟ੍ਰੈਵਲ ਟਾਈਮ ਕੀ ਹੈ ਲੈਟ ਅਸ ਸੇ ਉਹਨੇ ਦੱਸਿਆ ਕਿ 25 ਕਿਲੋਮੀਟਰ ਦਾ ਅਸੀਂ ਉਹਨੂੰ 1 ਘੰਟਾ ਦਿੰਦੇ ਅਤੇ ਇਹਨੇ ਜੇ ਆਪਣਾ ਡਿਸਟੈਂਸ ਉਹਨੇ ਹੈਗਾ 50 26 ਤੋਂ 50 ਫਿਰ ਉਹ ਆਪਣੇ 100 ਮਿੰਟ ਦੇ ਇਸ ਤਰ੍ਹਾਂ ਟਾਈਮ ਲੈ ਕੇ ਕੰਪਿਊਟਰ ਕੱਢ ਰਿਹਾ ਨਾਲ ਤਾਂ ਜੋ ਉਹਦੀ ਪਰਮਿਟਰੀ ਹੈ ਕਿਉਂਕਿ ਉਹ ਦੂਜਾ ਗੇੜਾ ਨਾ ਲਾ ਲੇ ਨਾ ਜੀ ਮਤਲਬ ਬੰਦਾ ਅਗਰ ਦੂਜੀ ਗੇੜਾ ਲਾ ਲੇ ਉਹ ਉਵੇਂ ਚੱਲ ਚੱਲ ਉਵੇਂ ਪਲੈਨ ਪਲੈਨ ਚੱਲ ਜਾਏਗਾ ਅਤੇ ਇਹ ਉਹਦੇ ਵਾਸਤੇ ਹੈ ਕਿ ਕਨਵੀਨੀਅੰਟ ਟਾਈਮ ਨਾਲ ਅੰਦਾਜ਼ ਦਾ ਕਿ ਤਾਂ ਜੋ ਰਸਤੇ 'ਚ ਪੁਲਿਸ ਇੰਚਾਰਜ ਕੋਈ ਨੱਕ 'ਤੇ ਦੇਖਦਾ ਉਹਨੂੰ ਅਤੇ ਉਹ ਦੇਖਦਾ ਵੀ ਇਹ ਦੇਖੋ ਸਰ ਦੇਖ ਲਈ 1:11 ਤੱਕ ਵੈਲਿਡ ਹੈ ਪਰਚੀ ਬਾਹਰ ਖੜੀ ਲੈ ਸੋ ਹੈ ਕਿ ਜਦੋਂ ਉਹਨੇ ਨਹੀਂ ਜੇ ਟਾਈਮ ਨਾ ਪਾਈਏਗੇ ਤਾਂ ਉਹ ਇੱਕ ਗੇਟ ਟਰਾਲੀ ਹੋਰ ਆ ਕੇ ਹੋਰ ਭਰੇਗਾ ਉਦੋਂ ਆ ਕੇ ਭਰ ਲਏਗਾ ਉਹ ਫਿਰ ਇਲੀਗਲ ਹੋ ਜਾਏਗਾ